ਇਸ ਕਾਬਲ ਕੋਈ ਨਹੀਂ ਹੈ ਜਿਹੜੀ ਤੁਹਾਡੀ ਨੁਮਾਇੰਦਗੀ ਕਰ ਸਕੇ। ਅਸ ਲੋਕ ਇੰਨੇ ਨਾ ਕਾਬਿਲ ਹੈ, ਸਾਡੇ ਚ ਕਾਬਲੀਅਤ ਨਹੀਂ ਹੈ ਆਪਣਾ ਲੀਡਰ ਬਣਾਉਣੇ ਦੀ। ਇਹ ਚੈਲੇਂਜ ਇਸ ਪਾਰਟੀ ਨੇ ਜਿਹੜਾ ਕੀਤਾ, ਇਹਦਾ ਜਵਾਬ ਤੁਸੀਂ ਪਹਿਲੀ ਤਰੀਕ ਵੋਟ ਪਾਈਏ ਦੇਣਾ ਦੇਗੇ। ਸਾਥੀਓ, ਆਪਣੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਇਹਨੇ ਤਾਮ ਜਾਮ ਰਚਿਆ। ਕਮਜ਼ੋਰੀ ਕੀ ਹੈ? ਪਿਛਲੇ 11 ਵਰ੍ਹੇ ਦਾ ਇਹਦੇ ਕੋਲ ਇੱਕ ਮੁਸ਼ਤ ਰਾਜ ਚਲਾਦਾ ਨਾ। 14 ਚ ਇਹਨੇ ਜਿਤਾਇਆ, ਸੱਤਾ ਪਰਿਵਰਤਿਤ ਕੀਤੀ, ਸਾਰੇ ਇਕੱਠੇ ਹੋਈ ਹੈ, 80% ਵੋਟ ਪਾਏ ਪਾਏ ਨਾ। 2014 ਚ ਫਰੀ MLA ਇਲੈਕਸ਼ਨ ਆਇਆ ਤਾਂ MLA ਭਾਜਪਾ ਦਾ ਜਿਤਾਇਆ ਨਹੀਂ ਇੱਥੇ। 2019 ਚ ਫਰੀ MP ਇਲੈਕਸ਼ਨ ਉਹਨਾਂ ਗਿਆ ਲੜਿਆ, ਉਹਨਾਂ ਗਿਆ ਜਿੱਤਿਆ, ਜਿਤਾਇਆ ਤੁਸੀਂ ਸਾਰੇ। 2024 ਚ ਜਿਹੜਾ 3 ਮਹੀਨੇ ਪਹਿਲਾਂ ਇਲੈਕਸ਼ਨ ਹੋਇਆ, ਉਸੇ ਵੀ ਤੁਸੀਂ ਮੋਹਰ ਲਾਈ ਤੇ 4 ਵਾਰੀ ਇਕੱਠਾ ਰਾਜ ਦੇ ਉੜੇ ਆਉਣੇ ਦਿੱਤਾ ਨਾ। ਇਹਨੇ 11 ਸਾਲਾਂ ਚ ਕੀ ਕੀਤਾ? ਸਰਪੰਚ ਕੋਲੋਂ ਲਈ ਹੈ ਤੇ ਪ੍ਰਧਾਨ ਮੰਤਰੀ ਤੱਕ ਉਸੇ ਪਾਰਟੀ ਦਾ, ਵਿੱਚ ਕੋਈ ਅੜਚਨ ਨੀ, ਠੋਕਰ ਨੀ, ਆਹੀ ਕੋਈ ਆਹਾ ਲੱਤ ਉਡਾਣੇ ਵਾਲਾ ਤੇ ਕੰਮ ਕਰਨਾ, ਲੀਡਰ ਕੰਮ ਕਰਨਾ ਚਾਹੁੰਦਾ ਆ ਤੇ ਕਰਨ ਨੀ ਦਿਆ ਕੋਈ, ਆਹਾ ਕੋਈ ਨਹੀਂ ਨਾ, ਆਹਾ ਕੋਈ। ਤੇ ਫਿਰ ਸਾਰੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਦੇ ਬੇਰੁਜ਼ਗਾਰ ਹਰ ਘਰ ਵਿਚਾਰੇ ਵਿਹਲੇ ਬੈਠੇ ਨੇ, ਉਹਦੇ ਬਾਰੇ ਚ ਕੁੱਝ ਸੋਚਣਾ? 2014 ਵਾਲਾ ਪਹਿਲਾਂ ਹਰ ਸਾਲ ਭਰਤੀਆਂ ਹੁੰਦੀਆਂ ਸੀ, ਮਾਸਟਰ ਲੱਗਦੇ ਹੈ, ਪਟਵਾਰੀ ਲੱਗਦੇ ਹੈ, ਲੈਕਚਰਰ ਲੱਗਦੇ ਹੈ, ਹਰ ਸਾਲ ਪੁਲਸਾਂ ਦੀ ਡਿਸਟ੍ਰਿਕਟ ਵਾਈਜ਼ ਭਰਤੀ ਹੁੰਦੀ ਸੀ, ਆਉਂਦੀ ਹੀ ਨਹੀਂ ਹੁੰਦੀ। ਸਾਡੇ ਲੰਮੇ ਚਾਮੇ ਪੜ੍ਹੇ ਲਿਖੇ ਦੇ ਭੈਣ ਭਰਾ ਪੁਲਸਾਂ 'ਚ ਭਰਤੀ ਹੁੰਦੇ ਹੈ ਜਾਂ ਨਹੀਂ ਹੁੰਦੇ? ਤੇ ਭਾਈ 11 ਸਾਲਾਂ ਦਾ ਕੀ ਕੀਤਾ ਉਹਨੇ? ਲੋਕਾਂ ਤਾਲਾ ਲਾਈ ਉੜਿਆ, ਸਰਕਾਰੀ ਨੌਕਰੀਆਂ 'ਚ ਤਾਲਾ ਲਾਈ ਉੜਿਆ। ਕੋਈ ਵਾਸਤੇ? ਸਾਡੀ ਕੰਢੀ ਵਾਸਤੇ ਸਿਰਫ। ਕਿਉਂ? ਪਿਛਲੇ 2 ਸਾਲਾਂ 'ਚ ਬਾਰਡਰ ਪਰ 5000 ਨੌਜਵਾਨ, ਸਾਡੀਆਂ ਭੈਣਾਂ ਤੇ ਭਰਾ ਪੁਲਸਾਂ 'ਚ ਭਰਤੀ ਹੋਏ। 5 ਬਟਾਲੀਅਨਾਂ ਬਣਾਈਆਂ ਇਹਨੇ, ਬਣਾਈਆਂ ਜਾਂ ਨਹੀਂ ਬਣਾਈਆਂ? ਉਹਦੇ 'ਚ ਸਾਡੀ ਕੰਢੀ ਵਾਲੇ ਹੈਗੀ, ਇੱਥੇ ਕੋਈ ਹੋਣਾ ਐਪਲੀਕੈਂਟ, ਸਾਡਾ ਭਰਾ ਜਿਹਨੇ ਗਿਆ ਉਹ ਐਪਲੀਕੇਸ਼ਨ ਲਈ ਹੈ, ਪਰ ਉਹ ਅਸੀਂ ਐਕਸੈਪਟ ਨਹੀਂ ਕੀਤਾ, ਉਹਨੇ ਲਈ ਨਹੀਂ ਐਪਲੀਕੇਸ਼ਨ। ਕਿਉਂ? ਉਹਨਾਂ ਆਖਿਆ ਸਿਰਫ ਬਾਰਡਰ ਵਾਲੇ ਲੋਕ ਹੀ ਅਸੀਂ ਭਰਤੀ ਦਿਖੀ ਸਕਦੇ। ਉਹ ਭਾਈ ਕੰਢੀ ਵਾਲੇ ਕੀ ਵਿਗਾੜਿਆ ਤੁਹਾਡਾ? ਕੰਢੀ ਦੇ ਬੱਚੇ ਦਾ ਕੋਈ ਹੱਕ ਨਹੀਂ ਹੈ, ਸਾਡੇ ਨੌਜਵਾਨ ਪੀੜ੍ਹੀ ਦਾ ਕੋਈ ਹੱਕ ਨਹੀਂ ਹੈ? ਕਿਆ ਅਸ ਲੋਕ ਸਿਰਫ ਟੈਕਸ ਕਿਆ ਦੇਣੇ ਆ? ਸਵੇਰੇ ਸਵੇਲਾ ਉੱਠੀਆ ਚਾਹੀਦਾ ਕੱਪ ਪੀਨੇ ਆ, ਆਨ ਐਨ ਐਵਰੇਜ 1 ਰੁਪਈਆ ਕੱਪ ਟੈਕਸ ਲੱਗਦਾ। ਸਵੇਰੇ ਸ਼ਾ ਲਈਏ ਸ਼ਾਮੀ ਤੱਕ ਅਸ ਹਰ ਆਈਟਮ ਜਿਹੜੀ ਅਸ ਪਰਚੇਜ ਕਰਨੇ ਆ ਉਹ ਸਰਕਾਰ ਕੀ ਟੈਕਸ ਜਾਂਦਾ ਜਾਂ ਨਹੀਂ ਜਾਂਦਾ? ਅਸਾਂ ਸਿਰਫ ਆਪਣੀ ਜਿਹੜੀ ਕਮਾਈ ਹੈ ਉਹ ਟੈਕਸ ਦੇ ਰਾਹੀਂ ਨੇ ਦੇਣੀ ਹੈ, ਸਾਡੇ ਬੱਚੇ ਐਡਜਸਟ ਕਰਨੇ, ਇਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਕੌਣ ਕਰਨੀ ਹੈ ਉਹਦੀ ਦੇਖ ਰੇਖ? ਕੌਣ ਕਰਨੀ ਹੋਣੇਗੀ ਭਰਤੀ? ਕੌਣ ਦੇਣਾ ਹੋਣੇਗੀ ਮੌਕਾ ਆਪਣੀ ਲਿਆਕਤਗੀ ਸਾਬਿਤ ਕਰਨੇ ਦਾ? ਜਿਵੇਂ ਮੇਰੇ ਛੋਟੇ ਭਰਾ ਆਖਿਆ, ਭਾਈ
ਜਾਣੀ ਬੁੱਝੀਏ ਪੇਪਰ ਲੀਕ, ਜਾਣੀ ਬੁੱਝੀਏ ਪੇਪਰ ਆਊਟ, ਜਾਣੀ ਬੁੱਝੀਏ ਸਾਡੇ ਬੱਚੇ ਕੀ ਡਿਸਟਰਬ ਕਰਨ ਵਾਸਤੇ, ਮਾਨਸਿਕ ਰੋਗੀ ਬਣਾਉਣ ਵਾਸਤੇ ਇਸ ਸਰਕਾਰ ਦਾ ਇਹ ਸਾਜਿਸ਼ ਹੈ ਕਿ ਸਰਕਾਰੀ ਨੌਕਰੀ ਨਹੀਂ ਦੇਣੀ। ਤੇ ਭਾਈ ਪੈਨਸ਼ਨਾਂ ਪਰ ਕਿੰਨੇ ਚਿਰ ਚੱਲਣਾ ਹੈ? ਜਿਹੜਾ ਬਾਪੂ ਪੈਨਸ਼ਨ ਲੈਂਦਾ, ਦਾਦਾ ਪੈਨਸ਼ਨ ਲੈਂਦਾ, ਉਹਨੇ ਵਿਚਾਰੇ ਨੇ ਕਿੰਨੇ ਚਿਰ ਪਾਲ ਲੈਣਾ, ਕਿੰਨੇ ਸਾਲ ਪਲੀ ਸਕਦੇ ਨੇ? ਪਾਈ ਪਾਈ ਜੋੜੀ ਹੈ, ਮਾਂ ਪਿਓ ਨੇ ਬੱਚੇ ਕੀ ਯੂਨੀਵਰਸਿਟੀ ਲੈਵਲ ਤੱਕ ਪੜ੍ਹਾਇਆ, ਪੜ੍ਹਾਇਆ ਨਾ ਪ੍ਰੋਫੈਸ਼ਨਲ ਡਿਗਰੀਜ ਕਰਾਈਆਂ, ਆਪਣੀ ਔਕਾਤ ਕੋਲੋਂ ਵੱਡਾ ਵੱਡਾ ਕੰਮ ਕੀਤਾ। ਕਹਿ ਕਿ ਪਿਓ ਆਖਦਾ ਜਿਹੜਾ ਮੈਂ ਕੰਮ ਕੀਤਾ ਮੇਰਾ ਬੱਚਾ ਨਹੀਂ ਉਹ ਕੰਮ ਕਰੇ, ਇਹ ਸੋਚ ਆ ਮਾਂ ਪਿਓ ਦੀ। ਅਸੀਂ ਕੋਹਦੇ ਪਰ ਨਿਰਭਰ ਆ? ਅਸੀਂ ਕੰਢੀ ਦੇ ਲੋਕ ਸਿਰਫ ਸਰਕਾਰੀ ਨੌਕਰੀਆਂ ਪਰ ਨਿਰਭਰ ਆ, ਔਰ ਕੋਈ ਸਾਡਾ ਆਮਦਨ ਦਾ ਸੋਰਸ ਨਹੀਂ ਹੈ। ਹੈ ਕੋਈ? ਜਿਹੜੀ ਸਾਡੇ ਪੁਰਖੇ ਸਾਡੇ ਬਜ਼ੁਰਗ ਜੂੜ ਪੁੱਟੀ ਹੈ, ਬੂਟੇ ਪੁੱਟੀ ਹੈ, ਜ਼ਮੀਨ ਬਣਾਈ ਦੀ ਹੀ 100 ਸਾਲ ਦੀ ਜਿਹੜੀ ਸਾਡੇ ਕਬਜ਼ੇ 'ਚ ਥੀ, ਜਿਹੜੇ ਅਸ ਲੋਕ ਰਹਿੰਦੇ ਬਹਿੰਦੇ ਹੈ, ਉਸ ਇਸ ਸਰਕਾਰ ਨੇ ਸਾਡੇ ਸ਼ਾ ਖੋਹ ਲਈ। ਸਾਡੇ ਵੱਡੇ ਵੱਡੇ ਬਾਜ ਜਿਹੜੇ ਸਾਡੇ ਬਾਬੇ ਪੜਦਾਦਿਆਂ ਲਾਏ ਦੇ ਹੈ, ਉਹ ਸਭ ਨਿਸ਼ਤੋ ਨਾਬੂਦ ਕਰੀ ਉੜੇ। ਇਹ ਸਭ ਲੜਾਈ ਜਿਹੜੀ ਹੈ, ਇਹ ਸਾਰੀ ਹੱਕਾਂ ਦੀ ਲੜਾਈ ਜਿਹੜੀ ਹੈ ਸਾਡੀ, ਕੌਣ ਲੜਨੀ ਹੈ ਅਸੈਂਬਲੀ 'ਚ? ਕੌਣ ਲੜੇਗਾ? ਇਹ ਡਿਸੀਜ਼ਨ ਤੁਹਾਡਾ ਹੋਣਾ 1 ਤਰੀਕ। ਤੁਸੀਂ 1 ਤਰੀਕ ਸਾਰੇ ਜਾਜੋ, ਇੱਕ ਦਿਹਾੜੀ ਤਾਈਂ ਤੁਸੀਂ ਇੱਕ ਇੱਕ ਵੋਟ ਪਾਉਣਾ, ਉਹ ਤੁਸੀਂ ਪਾਉਣਾ, ਤੁਸੀਂ ਡਿਸਾਈਡ ਕਰਨਾ ਕਿਆ ਉਹ ਅਸੈਂਬਲੀ 'ਚ ਜਿਹੜਾ ਸਾਡੇ ਨੌਜਵਾਨ ਪੀੜ੍ਹੀ ਦੀ ਸਾਡੀ ਸਰਕਾਰੀ ਜ਼ਮੀਨ ਤਾਈਂ ਜਾਂ ਸਾਡੇ ਹੱਕ ਤਾਈਂ ਲੜਗੇ ਉਸੀ ਪਾਣਾ, ਜਾਂ ਜਿਹੜਾ ਵੋਟ ਲਈਏ ਘਰ ਜਾਈਏ ਸਹੀ ਆ ਗਿਆ ਉਸੀ ਪਾਣਾ। ਸਾਥੀਓ, ਜੇ ਤੁਸੀਂ ਮਿਗੀ ਇਸ ਕਾਬਿਲ ਸਮਝਦੇ ਹੋ ਕਿ ਜਿਹੜੇ ਵੀ ਪ੍ਰਤਿਆਸ਼ੀ ਖੜੋਤੇ ਦਿਨ ਉਹਦੇ 'ਚ ਇੰਦੂ ਕਾਬਲ ਹੈ, ਤੁਹਾਡਾ ਚੇਅਰਮੈਨ ਅਗਰ ਕਾਬਲ ਹੈ, ਤੇ ਸਾਥੀਓ ਆਪਣਾ ਆਸ਼ੀਰਵਾਦ ਦੇ ਉੜਿਓ। 1 ਤਰੀਕ ਮੇਰਾ ਚੁਣਾਵ ਨਿਸ਼ਾਨ ਹੈ ਪ੍ਰੈਸ਼ਰ ਕੁੱਕਰ। ਪ੍ਰੈਸ਼ਰ ਕੁੱਕਰ ਜਿਹੜਾ ਮਾਤਾ ਭੈਣਾਂ ਬੱਚੇ ਸਾਰੇ ਵੱਡੇ ਬਜ਼ੁਰਗ ਸਭ ਜਾਣਦੇ ਨੇ, ਸਾਰਿਆਂ ਦਾ ਪਛਾਣੂ ਹੈ ਪ੍ਰੈਸ਼ਰ ਕੁੱਕਰ। ਸਾਹਮਣਾ ਲੱਭੀ ਜਾਣਾ ਉਹ ਸ਼ੜਯੰਤਰ ਜਿਹੜਾ ਮੇਰਾ ਨਿਸ਼ਾਨ, ਜਿਹੜਾ ਇਸ ਸਰਕਾਰ ਨੇ ਮੇਰੇ ਕੰਨਿਆਂ ਤੇ ਤੁਹਾਡੇ ਕੰਨਿਆਂ ਸ਼ੜਯੰਤਰ ਕੀਤਾ। ਮੇਰਾ ਪਹਿਲਾਂ ਜਿਹੜਾ ਮੇਰਾ ਨੋਮੀਨੇਸ਼ਨ ਪੇਪਰ ਹੈ ਉਸੀ ਰਿਜੈਕਟ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਨੇ। 12 ਤਰੀਕ ਮੈਂ ਫਾਰਮ ਭਰਿਆ, 13 ਤਰੀਕ ਸਕਿਊਟਨੀ ਹੀ ਉੱਥੇ 4 ਵਕੀਲ ਲਿਆਈਏ ਬਿਠਾਈ ਉੜੇ, ਆਪੂ ਸਾਹਿਬ ਬਹੀਏ, ਇਹ ਫਾਰਮ ਰਿਜੈਕਟ ਕਰੋ। ਕਹਿ ਤੁਹਾਡੇ ਕੋਲੋਂ ਡਰੀਏ, ਤੁਹਾਡੇ ਕੱਠ ਕੋਲੋਂ ਡਰੀਏ। ਉਹਨਾਂ ਆਖਿਆ ਕੰਢੀ ਜਿਹੜੀ ਹੈ ਉਹਨੂੰ ਮਨ ਬਣਾ ਲੈਦਾ ਵੀ ਇੰਦੂ ਕੀ MLA ਬਣਾਉਣਾ। ਇੰਨੇ ਤਾਦਾਦ 'ਚ ਤਕਰੀਬਨ 7 ਤੋਂ 8 ਹਜ਼ਾਰ ਜਿਹੜੇ ਸਾਥੀ ਉੱਥੇ ਸਾਰੇ ਆਸ਼ੀਰਵਾਦ ਦੇਣ ਮਿਗੀ ਆਏ ਦੇ ਹੈ, ਆਪਣੇ ਆਪਣੇ ਕਨਵਿੰਸ ਲਈਏ। ਮੈਂ ਕਿਸੇ ਤਾਈਂ ਕੋਈ ਗੱਡੀ ਨਹੀਂ ਭੇਜੀ ਸਾਥੀਓ, ਕਿਉਂਕਿ ਮੇਰੇ ਕੋਲ ਕੋਈ ਪੈਸਾ ਪੂਸਾ ਹੈ ਨਹੀਂ। 13 ਤਰੀਕ ਬਹਿਸ ਮੁਹਾਸਾ ਕਰੀ ਹੈ, ਜੋ ਮੇਰੇ ਕੋਲ ਹੋਇਆ ਉੱਥੇ ਕਰੀ, ਆਪਣਾ ਫਾਰਮ ਮੈਂ ਐਕਸੈਪਟ ਕਰਾਇਆ, ਤੇ ਜਿਹੜਾ ਮਿਗੀ ਉਸ ਦਿਨ ਸ਼ਾਮੀ ਨਿਸ਼ਾਨ ਧੋਣਾ ਹਾਂ
ਇਲੈਕਸ਼ਨ ਸਿੰਬਲ 13 ਤਰੀਕ ਹੋਣਾ ਹੈ, ਉਹ 17 ਤਰੀਕ ਸ਼ਾਮੀ 4 ਵਜੇ ਹੋਇਆ। ਕਹਿਣ ਕਿ ਤੁਹਾਡੇ ਤੱਕ ਉਹ ਸਿੰਬਲ ਨਹੀਂ ਪੁੱਜੀ ਆ, ਜੇ ਪੁੱਜੀ ਆ ਤਾਂ ਤੁਸੀਂ ਉਹਨੇ ਰਾਹੀ ਉਹਨਾਂ, ਇਹ ਹੁੰਦੀ ਇੱਕ ਸੋਚ ਸੀ। ਉਹਦੇ ਬਾਅਦ ਇਹਨੇ ਮਿਗੀ 8 ਕੈਂਡੀਡੇਟਾਂ 'ਚ ਸਾਰੇ ਸ਼ਾਹ ਲਾਸਟ ਸਥਾਨ ਦਿੱਤਾ, ਸਾਰੇ ਸ਼ਾਹ ਲਾਸਟ। ਕਹਿ ਕਿ ਮਾਤਾ ਭੈਣ ਅਗਰ ਉੱਪਰ ਉਂਗਲ ਚਲੇ ਗਏ ਕੋਈ ਨਾ ਕੋਈ ਬਟਨ ਦਬੋਈਆ, ਉੱਪਰ ਕੁੱਕਰ ਨਹੀਂ ਦੱਬਣ ਦੇਣਾ, ਇਹ ਸਾਜਿਸ਼ ਹੈ। ਹੁਣ ਇਹ ਪੁੱਛੇਗੀ ਤੁਸੀਂ ਪੁੱਪਣਾ ਮੇਰਾ ਨਿਸ਼ਾਨ ਖੱਲੇ ਸ਼ਾ ਮਸ਼ੀਨ ਆ, ਤੁਸੀਂ ਦੇਖੀ ਦੀ ਆ, ਤੁਸੀਂ 15 ਮਹੀਨੇ ਪਹਿਲਾਂ ਬੋਰਡ ਪਾਏ ਨੇ। ਖੱਲੇ ਦਾ ਚੜ ਗਏ ਤਾਂ ਦੂਆ ਨਿਸ਼ਾਨ, ਉੱਪਰ ਦਾ ਚੜ ਗਏ ਤਾਂ 8 ਪਾ ਨਿਸ਼ਾਨ। ਇਹ ਤੁਸੀਂ ਪੁੱਪਣਾ ਕੁੱਕਰ, ਭੁੱਲਣ ਨਹੀਂ ਮੈਂ ਤੁਹਾਨੂੰ ਕੁੱਕਰ ਦੇਣਾ, ਕਿਉਂਕਿ ਕੁੱਕਰ ਨਾਲ ਤੁਹਾਨੂੰ ਆਪੂ ਹਰ ਰੋਜ਼ ਚੇਤਾ ਦਵਾਉਣਾ, ਉਸ ਦਿਨ ਤੱਕ ਤੁਸੀਂ ਨੋਟ ਕਰਨਾ, ਹਰ ਰੋਜ਼ ਜਿੰਨਾ ਤੁਸੀਂ ਦਾਲ ਸਬਜ਼ੀਆਂ ਬਣਾ ਗਈਆਂ ਨਾ, ਤਾਂ ਕੁੱਕਰ ਆਪੂ ਤੁਹਾਨੂੰ 10-15 ਵਾਰੀ ਚੇਤਾ ਦਵਾਉਣਾ ਭਾਈ ਮੈਂ ਨਿਸ਼ਾਨ ਹਿੰਦੂ ਦਾ, ਮੈਂ ਨਿਸ਼ਾਨ ਹਿੰਦੂ ਦਾ। ਬੋਰਡ ਕੁਸੀ ਪਾਲਾ ਕੁੱਕਰ ਆਈ, ਬੋਰਡ ਕੁਸੀ ਪਾਲਾ ਕੁੱਕਰ ਆਈ, ਇਹ ਸੀਟੀਆਂ ਮਾਰੀ ਮਾਰੀ ਉਹਨੇ ਤੁਹਾਨੂੰ ਚੇਤਾ ਨਵਾਉਣਾ, ਭੁੱਲ ਨਹੀਂ ਦੇ। ਤੇ ਜੇ ਸਹੀ ਅੱਗੇ ਨਾ, ਜੇ ਸਹੀ ਅੱਗੇ ਤੇ 1 ਤਰੀਕ ਦੇ ਬਾਅਦ 6 ਵਜੇ ਦੇ ਬਾਅਦ ਕੁਛ ਨਾ ਨਹੀਂ ਪੁੱਛਣਾ ਤੁਹਾਨੂੰ। ਜੇ ਕੰਡੀ ਹਾਰੀਏ ਨਾ, ਤੁਸੀਂ ਸਾਰੇ ਹਾਰੀਏ, ਇਹ ਮੇਰੇ ਕੋਲ ਅੱਜ ਲਿਖਾਈ ਲਓ, ਕਿਉਂਕਿ MLA ਨੇ ਤੁਹਾਨੂੰ ਇਹ ਨਹੀਂ ਪੁੱਛਣਾ ਜਿਹੜਾ ਕੋਈ ਕੰਪੀਟੀਸ਼ਨ 'ਚ ਹੋਊਗਾ, ਕਿਉਂਕਿ ਉਹ ਬਾਹਰ ਹੈ, ਬਾਹਰ ਲੈ ਕੇ ਉਹ ਲੋਹੜੀ ਸਿਮ ਸੁੱਟਣੀ, ਕੋਈ ਹੋਰ ਲੈ ਲੈਣੀ, ਕੰਟੈਕਟ ਤੋੜੀ ਉਹਨੇ ਸਾਰੇ, ਕੌਣਾ ਸਿਰ ਖਪਾਈ ਕਰਾ ਦਾ, ਉਹਨੇ ਲਾਇਸੈਂਸ ਰਿਨਿਊ ਚਾਹੀਦਾ ਹੋਇਆ, 28 ਚਾਹੀਦੀ ਲੱਗੀ ਤੁਹਾਡੀ, ਬਸ ਕੰਮ ਕਾਜ ਹੁਣ ਆਪਣੀ ਮਰਜ਼ੀ ਦੇ ਕੀਤੇ ਤਾਂ ਆਪਣੀ ਮਰਜ਼ੀ ਦੇ ਕਰਨੇ। ਜੇ ਮੈਂ ਕੁਛ ਗਲਤ ਆਖਿਆ ਤੇ ਭਾਈ ਮਿਗੀ ਮਾਫ ਕਰਿਓ, ਪਰ ਸੱਚ ਇਹ ਹੈ ਭਾਈ ਤੁਸੀਂ ਫਿਕਸ ਕਰਨਾ, ਤੁਸੀਂ ਡਿਸਾਈਡ ਕਰਨਾ ਕਿ ਤੁਹਾਡੇ ਬੱਚੇ ਦੀ ਲੜਾਈ, ਤੁਹਾਡੇ ਬੱਚੇ ਦੀ ਪੈਰਵੀ, ਤੁਹਾਡੇ ਬੱਚੇ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ ਉੱਥੇ ਕਿਹੜਾ ਵਕੀਲ ਫਿੱਟ ਬਹੁੰਦਾ। ਸਾਥੀਓ, ਇਹ ਇੱਕ ਬੜੀ ਵੱਡੀ ਸਾਜਿਸ਼ ਹੈ ਸਾਡੇ ਬੱਚੇ ਕੀ ਜੋਬਸ ਕੋਲੋਂ ਮਹਿਰੂਮ ਰੱਖਣਾ ਔਰ ਚਿੱਟੇ ਵਾਲੇ ਪਾਸੇ ਧੱਕਣਾ, ਨਸ਼ੇ ਵਾਲੇ ਪਾਸੇ ਧੱਕਣਾ। 10 ਸਾਲਾਂ 'ਚ ਇਹਨੇ ਹਰ ਜੇਬਾਂ 'ਚ ਹਰ ਬੰਦੇ, ਹਰ ਨੌਜਵਾਨ ਕੀ ਅਪਰੋਚ ਕਰੀ ਉੜੇਦਾ, ਉੱਥੋਂ ਤੱਕ ਚਿੱਟਾ ਪਜਾਈ ਉੜੇਦਾ। 10 ਸਾਲ ਪਹਿਲਾਂ ਇਸੀ ਬਿਮਾਰੀ ਕੀ ਕੋਈ ਨਾ ਜਾਣਦਾ, ਜਾਣਦਾ ਹੈ ਕੋਈ? ਉਹ ਭਾਈ ਅਸ ਫਰੂਟੀਆਂ ਕੋਲੋਂ ਪਰੇਸ਼ਾਨ ਇਹ 14 ਤੱਕ, ਫਰੂਟੀਆਂ ਜਿਹੜੀਆਂ ਵੇਚਦੇ ਹੈ ਅਸ ਉਹਦੇ ਕੋਲੋਂ ਪਰੇਸ਼ਾਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇਹਨੇ ਗਰਕ ਕਰੀ ਉੜਨੀ ਹੈ। ਪਰ ਇਹਨੇ ਵਾਈਨ ਸ਼ਾਪਾਂ ਵੀ ਬੜੀਆਂ ਭਾਰੀਆਂ ਖੋਲੀ ਉੜੀਆਂ, ਮੰਦਰੇ ਦੇ ਸਾਹਮਣੇ ਵਾਈਨ ਸ਼ਾਪ, ਸਕੂਲ ਦੇ ਸਾਹਮਣੇ ਵਾਈਨ ਸ਼ਾਪ, ਕਾਲਜ ਦੇ ਸਾਹਮਣੇ ਵਾਈਨ ਸ਼ਾਪ। ਕਹਿ ਉਹ ਇੱਕ ਸਾਜਿਸ਼ ਹੈ ਤੁਹਾਡੇ ਤੇ ਸਾਡੇ ਬੱਚੇ ਕੀ ਖੱਜਲ ਕਰਨਾ। ਇੱਕ ਇੱਕ ਮੋੜੀ ਪਰ ਘਰ ਹੈ ਸਾਰਿਆਂ ਦਾ ਸਾਥੀਓ, ਇੱਕ ਇੱਕ ਮੋੜੀ ਪਰ ਜਿਹੜੀਆਂ ਅਸੀਂ ਕਮਾਈਆਂ ਕੀਤੀਆਂ, ਜਿਹੜੇ ਅਸੀਂ ਘਰ ਕੁੱਲੇ ਬਣਾਏ ਨੇ, ਕੋਠੀਆਂ ਬਣਾਈਆਂ ਨੇ, 10 ਸਾਲਾਂ ਦੇ ਬਾਅਦ ਕਿਆ ਵਿਹਲਾ ਬੱਚਾ ਉਸੀ ਵਾਈਟ ਵਾਸ਼ ਕਰਾਈ ਸਕਦਾ, ਉਸੀ ਸਫੇਦੀ ਕਰਾਈ ਸਕੇ? ਕਹਿੰਦੇ ਵਾਸਤੇ ਅਸੀਂ ਸਭ ਕੁਛ ਕਰਾਉਣੇ ਆ, ਇਹ ਅਸੀਂ ਡਿਸਾਈਡ ਕਰਨਾ ਕਿ ਸਾਡੇ ਬੱਚੇ ਦਾ ਫਿਊਚਰ ਉੱਥੇ ਮਹਿਫੂਜ਼ ਹੈ, ਕੌਣ ਸਾਡੇ ਬੱਚੇ ਦੀ ਵਕਾਲਤ ਕਰੇਗਾ, ਕੌਣ ਉਹਦੇ ਅੱਗੇ ਤਾਂ ਲੜੇਗ, ਇਹ ਤੁਸੀਂ ਡਿਸਾਈਡ ਕਰਨਾ ਕਿ MLA ਕੌਣ ਹੋਣਾ ਚਾਹੀਦਾ। ਕਰ ਗਏ
ਮੇਰੀ ਰਿਕੁਐਸਟ ਹੈ, ਮੇਰੀ ਅਰਜ਼ੀ ਹੈ ਤੁਹਾਡੇ ਅੱਗੇ ਕਿ ਕੁੱਕਰ ਉੱਪਰ ਵਿਸ਼ਵਾਸ ਦੱਸਿਓ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਤੁਹਾਨੂੰ ਪਿੱਠ ਨਹੀਂ ਦੱਸਗਾ ਕਦੇ, ਤੁਹਾਨੂੰ ਤੁਹਾਡੇ ਬੱਚੇ ਕੀ ਖੱਜਲ ਨਹੀਂ ਹੋਣ ਦੇਗਾ। ਉਹਦੀ ਲੜਾਈ ਲਾਸਟ ਦਮ ਤੱਕ ਲੜਗਾ, ਤੇ ਮਿਗੀ ਸਿਰਫ ਜਿਤਾਣਾ ਗਾ, ਤੁਹਾਡੀ ਡਿਊਟੀ ਨਹੀਂ ਹੈ। ਮੇਰੇ ਕੰਨੇ 9 ਤਰੀਕ ਦੇ ਬਾਅਦ ਖੜੋਣਾ ਵੀ ਤੁਹਾਡੀ ਡਿਊਟੀ ਹੈ। ਤੁਹਾਡੇ MLA ਨੇ ਤੁਹਾਡੇ ਨੌਜਵਾਨ ਪੀੜ੍ਹੀ ਦੀ ਲੜਾਈ ਲੜਨੀ ਹੈ, ਉਹਦੇ ਕੰਨੇ ਖੜੋਣਾ ਅਨਿਵਾਰਿਆ ਆ, ਜ਼ਰੂਰੀ ਆ। ਮੈਂ ਪ੍ਰਾਈਵੇਟ ਸੈਕਟਰ 'ਚ ਵੀ ਉਹਦੇ ਤਾਂ 9 ਤਰੀਕ ਲੜਾਈ ਖੋਲ੍ਹਣੀ ਹੈ, ਤੁਸੀਂ ਮੇਰੇ ਕੰਨੇ ਬਹਿਣਾ ਉੱਥੇ ਸਿਰਕੋ ਦੇ ਦਫ਼ਤਰ। ਬਾਕੀ ਦੇ ਜਿਹੜੀ ਇੰਡਸਟਰੀਲਾਈਜੇਸ਼ਨ ਦੀ ਗੱਲ, ਮੇਰਾ ਪੁਰਜ਼ੋਰ ਜਿਹੜਾ ਕੋਸ਼ਿਸ਼ ਹੋਵੇ, ਲੜਗਾ ਮਰਗਾ ਜੋ ਹੋਵੇ, ਰੈੱਡ ਜ਼ੋਨ ਨਹੀਂ ਬਣ ਦੇਗਾ ਇੱਥੇ। ਜੇ ਰੈੱਡ ਜ਼ੋਨ ਦੀ ਇੰਡਸਟਰੀ ਇੱਥੇ ਲੱਗੀ ਤਾਂ ਭਾਈ ਜਿਹੜਾ ਸੀਮੈਂਟ ਪਲਾਂਟ ਹੈ ਨਾ ਅਡਾਨੀ ਲਾ ਦਾ, ਜਹਾਜ ਕਨਾਲ ਦੀ ਰਜਿਸਟਰੀ ਉਹਦੀ 15-20 ਦਿਨ ਪਹਿਲਾਂ ਕਰਾਈ ਉੜੀ ਇੱਥੇ ਬਰਵਾਲ ਦੇ ਇਹਦੇ ਬੁੱਧੀ ਦੇ ਵਿੱਚ। ਇੱਥੇ ਬੜਾ ਵੱਡਾ ਇੱਕ ਸੀਮੈਂਟ ਦਾ ਪਲਾਂਟ ਲਾਉਣ ਜਾ ਰਹੀ ਹੈ ਸਰਕਾਰ ਅਡਾਨੀ ਦਾ, ਤੇ ਜੇ ਉਹ ਲੱਗੀ ਆ ਤੇ ਉਹਦਾ 5-7 ਕਿਲੋਮੀਟਰ ਪਰ ਅਸਰ ਹੁੰਦਾ। ਨਾ ਰੋਣਾ ਹੀ ਹਵਾ ਸਾਫ, ਨਾ ਰੋਣਾ ਪਾਣੀ ਸਾਫ, ਪੋਲਿਊਟਡ ਹੀ ਹੋਣਾ ਸਭ ਕੁਛ, ਤੇ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਤਾਂ ਹੀ ਮੁਸ਼ਕਲਾਂ ਖੜੀਆਂ ਹੋ ਜਾਣੀਆਂ ਨੇ। ਔਰ ਉਹਨਾਂ ਉਸਲੇ ਕੋਸਣਾ ਪੇ ਸਾਡੇ ਬਜ਼ੁਰਗ ਹੈ ਕਿ ਕੀਤਾ ਹਾ, ਉਸਲੇ ਕੋਈ ਬੋਲਿਆ ਨਹੀਂ, ਉਸਲੇ ਕੋਈ ਲੜਿਆ ਨਹੀਂ, ਉਸਲੇ ਕੋਈ MLA ਅਸੈਂਬਲੀ 'ਚ ਹੜਤਾਲ ਅਫਰ ਨਹੀਂ ਬੈਠਿਆ। ਸਾਥੀਓ ਮੇਰੇ ਪਰ ਯਕੀਨ ਕਰਿਓ, ਮੈਂ ਤੁਹਾਡੀ ਲੜਾਈ ਜਿਹੜੀ ਹੈ ਨਾ, ਹਰ ਤਰ੍ਹਾਂ ਦੀ ਲੜਾਈ ਜਿਹੜੀ ਹੈ ਮੈਂ ਲੜਨੀ ਅਸੈਂਬਲੀ 'ਚ, ਅਸੈਂਬਲੀ ਦੇ ਬਾਹਰ ਵੀ, ਅਸੈਂਬਲੀ ਦੇ ਅੰਦਰ ਵੀ। ਸ਼ਰਤ ਇਹ ਹੈ ਕੰਡੀ ਦਾ ਵਿੱਚੇ ਦਾ ਤੁਸ ਬਣਾ ਕੇ ਤਾਂ ਤੁਹਾਡਾ ਆਪਣਾ ਬੱਚਾ, ਤੁਹਾਡਾ ਆਪਣਾ ਭਰਾ ਹੈ, ਤੁਹਾਡਾ ਆਪਣਾ ਸਾਥੀ ਹੈ, ਤੁਸੀਂ ਮੇਰੇ ਪਰ ਯਕੀਨ ਕਰੋ। ਕਿਉਂ ਇਹ ਗੱਲ ਮਿਗੀ ਕਿਹਾ ਆਖਣੇ ਪਵਾ ਦੀ ਹੈ, ਕਿਉਂਕਿ ਲੀਡਰ ਹੈ ਆਪਣਾ ਯਕੀਨ ਖੋਈ ਉੜੇਦਾ। ਆਮ ਜਨਤਾ ਕੀ ਲੀਡਰ ਪਰ ਯਕੀਨ ਨਹੀਂ ਰਹਿਦਾ ਤਾਂ ਕਿਸ਼ਾਮਤ ਕਰਨੇ ਪਵਾ ਦੀ। ਜੇ ਲੀਡਰ ਨੇ ਕੰਮ ਕੀਤਾ ਦਾ ਹੋਇਆ ਤਾਂ ਵੋਟ ਮੰਗਣ ਆਉਣ ਦੀ ਜ਼ਰੂਰਤ ਨਹੀਂ ਪਵੇ, ਕੰਮ ਆਪੂ ਬੋਲਦਾ। ਜਿਵੇਂ ਤੁਹਾਡੇ ਚੇਅਰਮੈਨ ਦਾ ਕੰਮ ਬੋਲਾਂ ਦਾ, ਜਿਹੜੀ ਹੁਣ ਕਾਂਸਟੀਚੁਐਂਸੀ ਬਣਾਈ ਹੈ ਜਸਰੋਟਾ, ਤੇ ਬੜੇ ਬੜੇ ਕਲੇਮ ਕਰਾਂ, ਦੱਸੋ ਕਿੱਥੇ ਬਣਾਈ ਹੈ। ਮੈਂ ਤੁਸੀਂ ਸੁਣਾ, ਜਿਸਲੇ ਇਹਨੇ ਪਹਿਲੀ ਲਿਸਟ ਕੱਢੀ ਹੈ ਨਾ, ਜਿਸਲੇ ਕਠੂਆ ਨਾਰਥ ਤੇ ਕਠੂਆ ਸਾਊਥ, ਜਸਰੋਟੇ ਦਾ ਨਾਂ ਨਹੀਂ ਹਕੂਦਾ ਵੀ, ਆਹਾ ਬਬਲੂ ਜਸਰੋਟੀਆ, ਅਮਰੀਸ਼ ਜਸਰੋਟੀਆ ਤੇ ਰਣਜੀਤ ਪਠਾਣੀਆ ਮੇਰੇ ਕੋਲ ਆਏ ਮੇਰੀ ਫਾਈਲ ਲੈਣ ਵਾਸਤੇ ਕਿ ਚੇਅਰਮੈਨ ਸਾਹਿਬ ਅਸੀਂ ਇਹ ਨਾਂ ਚੇਂਜ ਕਰਾਉਣਾ। ਮੈਂ ਕਿਹਾ ਭਾਈ BJP ਵਾਲੇ ਕਰਾ ਦੇ ਮੇਰੇ ਨਾਲ ਖੁੰਦਕ, ਭਾਈ ਚੇਅਰਮੈਨ ਨੇ ਜਿਹੜੀ ਨਕਸ਼ਾ ਬਣਾਈਆ ਦਿੱਤਾ, ਜਿਹੜੀ ਕਾਨਸਟੀਚੁਐਂਸੀ ਬਣਾਈਆ ਦਿੱਤੀ, ਉਹਦਾ ਨਾਂ ਜਸਰੋਟਾ ਜਿਹੜਾ ਮੈਂ ਲਿਖਿਆ ਦਿੱਤਾ, ਤੇ ਇਹ ਲਓ ਫਾਈਲ ਤੇ ਇਹ ਲਓ ਨਕਸ਼ਾ। ਜਿਸਲੇ ਇਹਨੇ ਨਕਸ਼ਾ ਤੇ ਫਾਈਲ ਦੇਖੀ ਤੇ ਰਾਹ ਹੋਈ ਹੈ, ਉਹਨਾਂ ਕਿਹਾ ਇਹ ਤਾਂ ਤੁਸੀਂ ਪ੍ਰਪੋਜ਼ ਗਿਆ ਜਸਰੋਟਾ ਨਾਂ ਕੀਤਾ ਤਾਂ ਇਹਨੇ ਕਠੂਆ ਨਾਰਥ ਕਹਿ ਕੀਤਾ। ਮੈਂ ਕਿਹਾ ਆਪਣੀ ਸਿਰਾ ਚਾਹੁੰਦੇ ਵਾਸਤੇ ਵੀ ਕੁਦਰ ਚੇਅਰਮੈਨ ਦੇ ਮੱਥਾ ਨਹੀਂ ਲੱਗੀ ਆ ਵੀ ਜਸਰੋਟਾ ਨਾਂ ਇਹਨੇ ਦਿੱਤੇ ਦਾ। ਫਿਰ ਉਹ ਫਾਈਲ ਉਹ ਲਈ ਹੈ ਕਿ ਦੂਏ ਦਿਨ ਇਹਨੇ ਕਮਿਸ਼ਨ ਕੀ ਓਬਜੈਕਸ਼ਨ ਰੇਜ਼ ਕੀਤਾ, ਉਹ ਫਾਈਲ ਦਿੱਤੀ, ਸਬਮਿਟਡ ਕੀਤੀ। ਉਹਨੇ ਕਮਿਸ਼ਨ ਨੇ ਆਖਿਆ ਨਹੀਂ ਕਿ ਇਹ ਨਾਮ ਤੋਂ ਹਮਨੇ ਜਸਰੋਟਾ ਹੀ ਰੱਖਾ, ਜੇ ਕਠੂਆ ਨਾਰਥ ਕੈਸੇ ਹੋ ਗਿਆ, ਕਿਉਂਕਿ ਚੇਅਰਮੈਨ ਨੇ ਇਸਕੀ ਵਕਾਲਤ ਕੀ ਹੈ।
यहां भी की, जम्मू में भी और दिल्ली में भी की है। मैं कमीशन के ना दो बारी मिलिया अधे अधे घंटे ताई। जड़ी रंजना प्रकाश देसाई कमीशन थी, जड़ी सुप्रीम कोर्ट की रिटायर्ड जज ही, उन्हें अद्धा अद्धा घंटा सुनिया। तो सुप्रीम कोर्ट के जज कन्नै बहस करनी हो तो पांच मिनट भी करनी हो तो उसके कोल मटीरियल लोड़दा, गल्लां नहीं होंदियां उत्थे, मटीरियल बोलता, उत्थे फाइल बोलती। वह अद्धा अद्धा घंटा दो दफा लाया भाई, तो मिगी अज तसली है, मेरा सौभाग्य है कि मेरे पंचें सरपंचें मिगी चेयरमैन बनाया, तो मैं अपनी मातृभूमि कंडी दे काम आया, मेरे कारण एक काम सिरे चढ़िया। नहीं तो बीजेपी का मनसूबा हा वह नगरी का राजपुरे तक बनानी, बार्डर के कंडा कंडा छेवी कॉन्स्टिट्यूएंसी पता थोनू, राजपुरे का रामगढ़ बनी, उत्थे चेयरमैन कोई नहीं बोलिया, इतने चेयरमैन ने लड़िया, चेयरमैन ने ता कंडी कॉन्स्टिट्यूएंसी बनवाई है। साथियों मैं एक बार फिर थोड़ी खुशामद का कह कि पहली तरीक मेरे फेवर च तुसे डिसीजन दायो देगी, कर गई आशीर्वाद देगी मिगी, तुहानू कदी निराशा नहीं होगा अपने एमएलए को, इस गल्ला यकीन रखो। जे चेयरमैन होने दे उत्थे भी नहीं मैं निराशा होने दी, कुसे मेरे दफ्तर रुसी नहीं आया कोई भी, जड़ा कोई आया उहदा काम मेरे शा होया जां नहीं होया, पर मैं दूर तक उस फाइल की भजाया जम्मू सैक्रेट अपने खर्चे पर, अपने ओहदे पर उस काम कोला करवाया, मैं करवाई है दसे दे काम जिंदे जिंदे होए दे, मैं ना नहीं लैंदा, उस बेचारे सारे गए इस गल्ला की ताइद करदे, ठीक है जी। बागे बोर्ड भी मेरा निशान के है, के निशान है, बहुत बहुत शुक्रिया, जय हिंद, जय भारत।